ਭਾਰਤ ਦੇ ਕੋਨੇ ਕੋਨੇ ਤੋਂ ਆਏ ਮੇਰੇ ਕਿਸਾਨ ਨੌਜਵਾਨ ਭੈਣੋ ਭਰਾਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਅਸੀਂ 15 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨਾਂ 'ਤੇ ਇਹਨਾਂ ਨੌਜਵਾਨਾਂ ਦੇ ਰੁਜ਼ਗਾਰ ਦੇ ਮਸਲੇ ਲਈ ਔਰ ਸਿਹਤ ਸੇਵਾਵਾਂ ਦੇ ਮਸਲੇ ਲਈ ਲੜਦੇ ਰਹੇ ਹਾਂ। ਪਰ ਆ ਬੇਨਤੀ ਅੱਜ ਫਿਰ ਭਾਵੇਂ ਜਿਹਦੇ ਤੁਸੀਂ ਉਪਾਸ਼ਕ ਬੱਬੂ ਮਾਨ ਸਾਹਿਬ ਦੇ, ਉਹਨਾਂ ਵੀ ਬੇਨਤੀ ਕੀਤੀ ਆ ਵੀ ਜਾਬਤੇ 'ਚ ਰਹੋ। ਉਹ ਨੌਜਵਾਨ, ਇਹ ਤੁਸੀਂ ਇੱਦਾਂ ਇੱਕ ਮਿੰਟ ਦੇ ਵਿੱਚ ਜੇ ਸਬਰ ਖੋਣਾ ਤੇ ਇਹ ਸਾਰਾ ਕੁਝ ਜਿਹੜਾ ਮੋਦੀ ਦੇ ਹੱਕ ਵਿੱਚ ਜਾਣਾ, ਇਹ ਤੁਹਾਡਾ ਜਿਹੜਾ ਆਈਕਾਨ ਆ, ਅਸੀਂ ਮੰਨਦੇ। ਚੰਗੀ ਗੱਲ ਹੈ ਅੱਜ ਭਗਵੰਤ ਮਾਨ ਸਾਹਿਬ ਅੱਜ ਕਿਸਾਨੀ ਦੀ ਸਟੇਜ ਦੇ ਉੱਤੇ ਤੁਹਾਡੀ ਕਿਸਾਨੀ ਬਚਾਉਣ ਵਾਸਤੇ ਤੁਹਾਡੇ ਨਾਲ ਖਲੋਤੇ ਆ। ਪਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ, ਨੌਜਵਾਨੋ, ਅਜੇ ਸੰਘਰਸ਼ ਸ਼ੁਰੂ ਹੋਇਆ, ਇਹ ਸੰਘਰਸ਼ ਅਸੀਂ ਅਜੇ ਆ ਜਿਹੜਾ ਜਿੱਤ ਲੈਣਾ, ਜਿੱਤਣ ਤੋਂ ਬਾਅਦ ਅਜੇ ਸਾਡੇ ਜਦੋਂ ਘਰਾਂ 'ਚ ਜਾਣਾ, ਅਗਲੀ ਲੜਾਈ ਸਾਡੇ ਸਾਹਮਣੇ ਪਈ ਆ। ਸਾਡੇ ਮਜ਼ਦੂਰਾਂ ਦੇ ਬੱਚੇ 4ੀ ਕਲਾਸ ਤੋਂ ਬਾਅਦ ਸਕੂਲਾਂ 'ਚ ਨਹੀਂ ਜਾ ਸਕਦੇ ਪੜਿਆ। ਗਰੀਬ ਕਿਸਾਨ ਦਾ ਬੱਚਾ ਅੱਜ DC ਨਹੀਂ ਬਣ ਸਕਦਾ। ਅੱਜ ਹਾਲਾਤ ਇਹ ਆ, ਸਾਡੇ ਬਾਪੂ ਦਾ ਕਿਤੇ ਗੋਡਾ ਟੁੱਟ ਜੇ, ਚੂੜਾ ਟੁੱਟ ਜੇ, ਉਹਨੂੰ ਮਰਨ ਵਾਸਤੇ ਇੰਤਜ਼ਾਰ ਰੱਖਣਾ ਪੈਂਦਾ, ਅਸੀਂ ਇਲਾਜ ਨਹੀਂ ਕਰਾ ਸਕਦੇ। ਨੌਜਵਾਨੋ, ਅਗਲੀ ਲੜਾਈ ਜਿਹੜੀ ਇਸ ਆਰਥਿਕ ਦੇ ਤੌਰ 'ਤੇ ਲੜਨੀ ਆ, ਉਹਨਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜਨੀ ਆ, ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਸਾਡੇ ਸਕੂਲ ਖੋਲ੍ਹੇ ਆ, ਸਾਡੇ ਹਸਪਤਾਲ ਖੋਲ੍ਹੇ ਆ, ਔਰ ਸਾਡੀ ਸਿਹਤ ਸੇਵਾਵਾਂ ਖੋਲ੍ਹੀਆਂ, ਜਿਹੜੇ ਅਸੀਂ ਪੈਸਿਆਂ ਤੋਂ ਬਿਨਾਂ ਘਰਾਂ ਦੇ ਵਿੱਚ ਮੰਜਿਆਂ 'ਤੇ ਪਈਆਂ ਬਜ਼ੁਰਗ ਮਾਵਾਂ, ਅਸੀਂ ਲੋਕਾਂ ਦੇ ਘਰਾਂ ਤੱਕ ਜਾਂਦੇ ਹਾਂ, ਮਜ਼ਦੂਰਾਂ ਦੀਆਂ ਔਰਤਾਂ ਜਿਹੜੀਆਂ ਮਾਵਾਂ ਬੈਠੀਆਂ ਖੰਘ ਦੀ ਦਵਾਈ ਤੋਂ ਇਲਾਜ ਤੋਂ ਤਰਾਸ ਰਹੀਆਂ, ਅੱਜ ਜਿਹੜੇ ਅਸਮਾਨ ਛੂਹਦੇ ਹਸਪਤਾਲ ਆ, ਉਹਦੇ ਲਾਗੋਂ ਦੀ ਸਾਡਾ ਕਿੱਲੇ ਵਾਲਾ ਕਿਸਾਨ ਲੰਘ ਨਹੀਂ ਸਕਦਾ। ਅੱਜ ਜੇ ਆ ਬਾਈਪਾਸ ਸਰਜਰੀ ਹਾਰਟ ਦੀ ਕਰਾਉਣੀ ਪੈ ਜਾਏ ਤੇ ਸਾਨੂੰ ਇਹੋ ਹੀ ਸੁੱਖਣਾ ਸੁੱਕਣੀ ਆ ਵੀ ਰੱਬਾ ਕਿਤੇ ਇਹਨੂੰ ਬਾਬੇ ਨੂੰ ਘਰੋਂ ਹੀ ਲੈ ਜਾ। ਇਹ ਹਾਲਾਤ ਆ। ਮੈਂ ਦੋ ਗੱਲਾਂ ਕਰਨੀਆਂ ਅੱਜ ਨੌਜਵਾਨੋ, ਅੱਜ ਤੁਹਾਡਾ ਭਵਿੱਖ ਤੁਹਾਡੇ ਹੱਥ ਵਿੱਚ ਆ, ਅੱਜ ਸਾਡੇ ਕਿਸਾਨ ਬਾਬਿਆਂ ਨੇ ਤੁਹਾਨੂੰ ਲੜਨ ਦੀ ਜਾਚ ਦੱਸ ਦਿੱਤੀ ਆ, ਤੇ ਲੜਨ ਦੇ ਨਾਲ ਤੁਹਾਨੂੰ ਇਹ ਸਮਝ ਲੱਗ ਜਾਣੀ ਚਾਹੀਦੀ ਆ ਕਿ ਜੇ ਅੱਜ ਲੜੇ ਆ ਤੇ ਜਿੱਤੇ ਆ, ਇਹ ਅੱਜ ਇਹ ਜਿਹੜਾ ਇੱਥੋਂ ਜਿੱਤ ਕੇ ਜਾਣਾ, ਇਹ ਆਸ਼ਾ ਮੰਚ ਕੇ ਲੈ ਕੇ ਜਾਇਓ ਵੀ ਅੱਜ ਜਿਹੜੀ ਤੁਸੀਂ ਲੜਾਈ ਵਿੱਢੀ ਸੀ, ਜੇ ਘਰਾਂ 'ਚੋਂ ਬਾਹਰ ਨਿਕਲੇ ਹੋ ਤੇ ਜਿੱਤ ਪ੍ਰਾਪਤ ਕੀਤੀ ਆ। ਇੱਦਾਂ ਦੀ ਲੜਾਈ ਅਸੀਂ ਸਿੱਖਿਆ ਵਾਸਤੇ ਲੜਨੀ ਆ, ਅਸੀਂ ਸਿਹਤ ਸਹੂਲਤਾਂ ਵਾਸਤੇ ਲੜਨੀ ਆ, ਤੇ ਅਸੀਂ ਰੁਜ਼ਗਾਰ ਵਾਸਤੇ ਲੜਨੀ ਆ। ਜਿਹੜੀ 8-8 ਹਜ਼ਾਰ 'ਚ ਸਾਡੇ ਨੌਜਵਾਨ ਵੱਡੀਆਂ ਬੈਲਟਾਂ ਕੱਸ ਕੇ ਮੋਟੇ ਕੱਪੜੇ ਪਾ ਕੇ 8-8 ਘੰਟੇ ਖਿਲਾਰ ਛੱਡਦੇ 8 ਹਜ਼ਾਰ ਰੁਪਈਏ 'ਤੇ, ਅਜੇ ਸਾਡੀਆਂ ਅਗਲੀਆਂ ਲੜਾਈਆਂ ਲੜਨ ਵਾਲੀਆਂ। ਮੈਂ ਬਹੁਤ ਧੰਨਵਾਦੀ ਹਾਂ ਸਾਰੇ ਭਾਰਤ ਦੇ, ਖਾਸ ਕਰ ਪੰਜਾਬ ਦੇ ਨੌਜਵਾਨ ਦੇ, ਹਰਿਆਣਾ ਦੇ, ਜਿਹੜਾ ਐਡੀ ਵੱਡੀ ਗਿਣਤੀ ਦੇ ਵਿੱਚ ਇਸ ਅੰਦੋਲਨ ਨੂੰ ਲੈ ਰਹੇ ਜੇ। ਮੈਂ ਇੱਕੋ ਮਿੰਟ ਗੱਲ ਕਰਕੇ ਅੱਜ ਭਰਾਓ ਹੱਥ ਜੋੜਦੇ ਹਾਂ, ਬੇਨਤੀ ਆ ਤੁਹਾਡੇ ਗਾੜੀ, 14-14 ਸਾਲਾਂ ਦੀ ਬੱਚਿਆਂ ਦੀਆਂ ਲਾਸ਼ਾਂ ਸਾਡੇ ਪੰਜਾਬ ਨੂੰ ਜਾ ਰਹੀਆਂ, ਪਰ ਅਜੇ ਇਹਨਾਂ ਮਾਨ ਉਹਨਾਂ ਦੇ ਕਹਿਣ 'ਤੇ ਵੀ ਤੁਸੀਂ ਡੈਕ ਨਹੀਂ ਜੇ ਬੰਦ ਕਰਦੇ, ਅਸੀਂ ਹੱਥ ਜੋੜ ਕੇ ਵਲੰਟੀਅਰਾਂ ਵੱਲੋਂ ਡੈਕਾਂ ਦੇ ਦੁਆਲੇ ਹੁੰਦੇ ਹਾਂ, ਉਹ ਬੰਦ ਕਰ ਦਿਓ, ਘਰਾਂ ਨੂੰ ਅਜੇ ਲਾਸ਼ਾਂ ਜਾਣ ਡੀਆਂ ਜੇ, ਕਾਹਦੇ ਭੰਗੜੇ ਪਾਉਣੇ ਆ। ਜਾਬਤੇ 'ਚ ਰਹੋ, ਜਿੱਤ ਤੁਹਾਡੇ ਸਾਹਮਣੇ ਖਲੋਤੀ ਆ, ਪਰ ਜਾਬਤੇ 'ਚ ਰਹੋਗੇ ਤਾਂ ਆਉਣ ਵਾਲੀ ਲੜਾਈ ਲੜਨ ਵਾਸਤੇ, ਵੱਡਾ ਸੰਘਰਸ਼ ਲੜਨ ਵਾਸਤੇ ਨੌਜਵਾਨੋ ਆਪਣੇ ਆਪ ਨੂੰ ਤਿਆਰ ਕਰਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।